ਕੋਠਿਆਂ ਮਕਾਨਾਂ ਦੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵਾਲ ਤੇ ਸਟਾਰ ਕਰਕੇ ਜਰੂਰ ਕਲਿੱਕ ਕਰੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਕੋਠੀ ਦਾ ਰੇਟ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਸਕਰੀਨ ਤੇ ਆਪਾਂ ਪਹਿਲਾਂ ਹੀ ਲਿਖ ਦਿੱਤਾ ਸੀਗਾ ਸਿਰਫ 15 ਲੱਖ ਦੀ ਡਿਮਾਂਡ ਦੇ ਵਿੱਚ ਸਾਰੀ ਕੋਠੀ ਤਿਆਰ ਕੀਤੀ ਹੋਈ ਤੇ ਬਹੁਤ ਸੋਹਣੀ ਆਪਾਂ ਤੁਹਾਡੇ ਵਾਸਤੇ ਕੋਠੀ ਲੈ ਕੇ ਪਹੁੰਚੇ ਹਾਂ ਸਾਰੀ ਗੱਲਬਾਤ ਆਪਾਂ ਕਰਦੇ ਹਾਂ ਜਿੱਥੇ ਆਪਾਂ ਹੁਣ ਖੜੇ ਹਾਂ ਪੋਰਚੇਰੀ ਹੈ ਪੋਰਚ ਦੇ ਵਿੱਚੋਂ ਹੀ ਆਪਾਂ ਨੂੰ ਉੱਪਰ ਵਾਸਤੇ ਪੌੜੀਆਂ ਮਹਿਣ ਗਿਆ ਤੇ ਆ ਗਿਆ ਜੀ ਆਪਣਾ ਮੇਨ ਐਂਟਰੀ ਗੇਟ ਲੋਬੀ ਦਾ ਤੇ ਲੋਬੀ ਏਰੀਆ ਤੁਸੀਂ ਦੇਖ ਰਹੇ ਹੋ ਤੇ ਆ ਜਿੱਧਰ ਸਾਹਮਣੇ ਗੋਲਜਾ ਗੇਟ ਬਣਿਆ ਹੋਇਆ ਤੇ ਆਸੇ ਪਾਸੇ ਸ਼ੀਸ਼ੇ ਪਾਏ ਹੋਏ ਆਪਣਾ ਡਰਾਈਂਗ ਰੂਮ ਹੈ ਜੀ ਡਰਾਈਂਗ ਰੂਮ ਇਹਨਾਂ ਨੇ ਬਹੁਤ ਸੋਹਣਾ ਤਿਆਰ ਕਰਵਾਇਆ ਹੋਇਆ ਉੱਪਰੋਂ ਤੁਸੀਂ ਦੇਖ ਲਓ ਛੱਤ ਆਸੇ ਪਾਸੇ ਕੰਧਾਂ ਜੋ ਵੀ ਵਿੰਡੋ ਗੇਟ ਸਾਰੇ ਬਹੁਤ ਵਧੀਆ ਨੇ ਜੀ ਕੰਮ ਇਹਨਾਂ ਨੇ ਬਹੁਤ ਸੋਹਣਾ ਕਰਵਾਇਆ ਹੋਇਆ ਸਾਰੀ ਕੂਠੀ ਦਾ ਤੇ ਸਾਰੀ ਕੋਠੀ ਨੂੰ ਤੇ ਕੋਠੀ ਦੇ ਕੰਮ ਨੂੰ ਦੇਖਦੇ ਹੋਏ ਰੇਟ ਇਹਨਾਂ ਨੇ ਕੁਝ ਵੀ ਨਹੀਂ ਲਾਇਆ ਹੈਗਾ ਜਿਹੜੇ ਬੈੱਡਰੂਮਾਂ ਦੇ ਵਿੱਚ ਡਬਲ ਬੈੱਡ ਲੱਗੇ ਹੋਏ ਆ ਉਹ ਦੋਹਾਂ ਨਾਲ ਅਟੈਚ ਹੈ ਉਹ ਵੀ ਵਿੱਚੇ ਸੇਲ ਕਰਨੇ ਬਾਕੀ ਕੱਪ ਬੋਰਡ ਤੇ ਸਾਰਾ ਕੁਝ ਵਿੱਚੇ ਸੇਲ ਹੈ ਸਿਰਫ 15 ਲੱਖ ਦੀ ਡਿਮਾਂਡ ਦੇ ਵਿੱਚ ਤੇ ਜਿਹੜੀ ਆ ਕੋਠੀ ਆਪਣੇ ਕੋਲੇ ਪਹੁੰਚੀ ਹੈ ਇਹਦੀ ਟੋਟਲ ਜੇ ਜਗ੍ਹਾ ਦੀ ਗੱਲ ਕਰੀਏ ਤਾਂ 3.33 ਮਰਲੇ ਜਗ੍ਹਾ ਗੀ ਇਹ ਬਹੁਤ ਵਧੀਆ ਕੋਠੀ ਹੈ ਰੇਟ ਵੀ ਕੋਈ ਜ਼ਿਆਦਾ ਨਹੀਂ ਹੈਗਾ ਬਾਕੀ ਸਾਰੀ ਡਿਟੇਲ ਆਪਾਂ ਦੇਖਦੇ ਹਾਂ ਗੱਲਬਾਤ ਕਰਦੇ ਹਾਂ ਤੇ ਆਪਾਂ ਨੂੰ ਡ్రਾਈਿੰਗ ਰੂਮ ਦੇ ਨਾਲ ਅਟੈਚ ਬਾਥਰੂਮ ਮਿਲ ਜੂਗਾ ਬਾਥਰੂਮ ਆਪਾਂ ਨੂੰ ਇੱਕੋ ਹੀ ਮਿਲੂਗਾ ਸਿਰਫ ਉਹ ਵੀ ਅਟੈਚ ਹੈ ਤੇ ਉਹ ਵੀ ਬਹੁਤ ਵਧੀਆ ਤੇ ਸੋਹਣਾ ਤਿਆਰ ਆਪਾਂ ਨੂੰ ਕੀਤਾ ਕਰਾਇਆ ਮਿਲੂਗਾ ਜਿਵੇਂ ਕਿ ਟਾਈਲਾਂ ਟੂਟੀਆਂ ਸ਼ਾਬਰ ਵਗੈਰਾ ਹਰ ਚੀਜ਼ ਆਪਾਂ ਨੂੰ ਬਾਥਰੂਮ ਦੇ ਵਿੱਚ ਅਵੇਲੇਬਲ ਮਿਲ ਜਾਵੇਗੀ ਬਾਕੀ ਡ్రਾਈਿੰਗ ਰੂਮ ਦਾ ਜਿਹੜਾ ਨਕਸ਼ਾ ਹੈ ਤੇ ਬਹੁਤ ਸੋਹਣਾ ਇਹਨਾਂ ਨੇ ਬਣਵਾਇਆ ਹੋਇਆ ਹੈ ਹੁਣ ਆਪਾਂ ਚੱਲਦੇ ਹਾਂ ਕਿਚਨ ਦੇ ਅੰਦਰ ਜਿਹੜਾ ਕੋਠੀ ਦਾ ਕਿਚਨ ਹੈ ਸਾਰਾ ਕੰਪਲੀਟ ਹੈ ਜਿੰਨੇ ਬੋਕਸ ਹੁੰਦੇ ਐ ਜੋ ਵੀ ਸਮਾਨ ਹੁੰਦਾ ਸਾਰਾ ਲੱਗਿਆ ਹੋਇਆ ਜਿਵੇਂ ਕਿ ਤੁਹਾਨੂੰ ਮੈਂ ਦਿਖਾ ਰਿਹਾ ਸਾਰੀ ਕੋਠੀ ਸਾਰਾ ਕਿਚਨ ਹਰ ਚੀਜ਼ ਪੂਤ ਸੋਹਣੇ ਢੰਗ ਨਾਲ ਤਿਆਰ ਕੀਤੀ ਹੋਈ ਹੈ ਜੀ ਤੇ ਕੀਤਾ ਹੋਇਆ ਹੈ ਬਾਕੀ ਹਰ ਚੀਜ਼ ਆਪ ਨੂੰ ਕਿਚਨ ਦੇ ਵਿੱਚ ਮਿਲ ਜੂਗੀ ਜਿਵੇਂ ਕਿ ਤੁਹਾਨੂੰ ਮੈਂ ਖੋਲ ਕੇ ਵੀ ਦਿਖਾ ਰਿਹਾ ਜੀ ਤਾਂਕਿ ਆ ਤੇ ਤੁਸੀਂ ਦੇਖ ਰਹੇ ਹੋ ਬਾਕੀ ਕੂਠੀਆਂ ਜੜੀ ਬਹੁਤ ਵਧੀਆ ਤੇ ਬਹੁਤ ਸੋਹਣੀਆਂ ਬਾਕੀ ਜੋੜੀਆਂ ਜਿਹੜੀਆਂ ਲੱਗੀਆਂ ਹੋਈਆਂ ਤੁਸੀਂ ਦੇਖੋ ਬੈੱਡਰੂਮ ਮੰਨੂ ਜੋ ਵੀ ਜੋੜੀਆਂ ਲੱਗੀਆਂ ਹੋਈਆਂ ਬਹੁਤ ਵਧੀਆ ਕੁਆਲਿਟੀ ਦੀਆਂ ਇਹਨਾਂ ਨੇ ਲਗਵਾਈਆਂ ਹੋਈਆਂ ਤੇ ਆਪਾਂ ਪਹੁੰਚ ਗਏ ਪਹਿਲੇ ਬੈੱਡਰੂਮ ਦੇ ਅੰਦਰ ਆਪਾਂ ਨੂੰ ਟੋਟਲ ਦੋ ਬੈੱਡਰੂਮ ਦੇਖਣ ਨੂੰ ਮਿਲਣਗੇ ਤੇ ਦੋਵੇਂ ਬਹੁਤ ਜ਼ਿਆਦਾ ਸ਼ੌਂਕ ਨਾਲ ਤਿਆਰ ਕਰਵਾਏ ਹੋਏ ਆ ਬਸ ਥੋੜੀ ਜੀ ਕਮੀ ਆ ਵੀ ਆਪਣੇ ਕੋਲੇ ਵੀਡੀਓ ਫੋਨ ਨੂੰ ਟੇਡਾ ਕਰਕੇ ਪਹੁੰਚ ਜਾਂਦੀ ਤਾਂ ਪੂਰੀ ਗੱਲ ਬਣ ਜਾਣੀ ਸੀ ਚਲੋ ਕੋਈ ਗੱਲ ਨਹੀਂ ਜੀ ਇਹਨਾਂ ਦੀ ਫੋਟੋਆਂ ਵੀ ਖਿੱਚ ਕੇ ਭੇਜੀਆਂ ਬਹੁਤ ਵਧੀਆ ਤੇ ਬਾਕੀ ਤੁਹਾਨੂੰ ਮੈਂ ਵੀਡੀਓ ਤਾਂ ਦਿਖਾਈ ਰਿਹਾ ਚੀ ਬਾਕੀ ਵੀਡੀਓ ਫੋਨ ਨੂੰ ਟੇਡਾ ਕਰਕੇ ਬਣਾ ਕੇ ਭੇਜਿਆ ਕਰੋ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੇ ਤੁਸੀਂ ਦੇਖਦੇ ਹੋ ਕਿਸੇ ਨੇ ਵੀ ਕੋਠੀ ਸੇਲ ਕਰਨੀ ਆਪਦੀ ਮਕਾਨ ਸੇਲ ਕਰਨੇ ਬਸ ਵੀਡੀਓ ਫੋਨ ਨੂੰ ਟੇਡਾ ਕਰਕੇ ਵਧੀਆ ਬਣਾ ਕੇ ਭੇਜਿਆ ਕਰੋ ਬਿਲਕੁਲ ਆਰਾਮ ਨਾਲ ਫੋਨ ਨੂੰ ਜ਼ਿਆਦਾ ਹਿਲਾਇਆ ਨਾ ਕਰੋ ਜੀ ਬਾਕੀ ਆ ਕੋਠੀ ਦੀ ਆਪਾਂ ਗੱਲਬਾਤ ਕਰੀਏ ਤਾਂ ਪਹੁੰਚ ਗਏ ਆਪਾਂ ਦੂਜੇ ਬੈਡਰੂਮ ਦੇ ਅੰਦਰ ਕੱਪ ਬੋਰਡ ਵਗੈਰਾ ਆਪਾਂ ਨੂੰ ਮਿਲਣਗੇ ਬਣੇ ਬਣਾਈ ਤੇ ਜਿਵੇਂ ਕਿ ਪਹਿਲਾ ਵਾਲਾ ਬੈਡਰੂਮ ਬਹੁਤ ਸੋਹਣਾ ਤਿਆਰ ਸੀਗਾ ਉਦਾਂ ਹੀ ਆਪਾਂ ਨੂੰ ਆਹ ਵੀ ਬੈਡਰੂਮ ਸਾਰਾ ਕੰਪਲੀਟ ਬਹੁਤ ਸੋਹਣਾ ਮਿਲੂਗਾ ਸਾਰਾ ਕੁਝ ਤੁਹਾਨੂੰ ਮੈਂ ਦਿਖਾ ਵੀ ਰਿਆਂਗਾ ਜੋ ਵੀ ਸਮਰੇਕਾ ਵਗੈਰਾ ਲੱਕੜ ਵਗੈਰਾ ਜੋ ਵੀ ਲੱਗੀ ਹੋਈ ਹੈ ਬੋਰਡਨ ਦਾ ਕੰਮ ਹੋਇਆ ਬਹੁਤ ਵਧੀਆ ਹੋਇਆ ਆਪਾਂ ਦੇਖਦੇ ਹੁੰਨੇ ਆ ਜੀ ਵੀ ਆਪਣੇ ਕੋਲੇ ਕੂਠੀਆਂ ਆਉਂਦੀਆਂ ਆ ਤੁਸੀਂ ਵੀ ਦੇਖ ਦਿਓ ਵੀ ਛੋਟੀਆਂ ਕੂਠੀਆਂ ਕਟ ਤਿਆਰ ਕੀਤੀਆਂ ਬਹੁਤ ਬਜਟ ਦੇ ਵਿੱਚ ਹੁੰਦੀਆਂ ਬਹੁਤ ਮਹਿੰਗੀਆਂ ਹੁੰਦੀਆਂ ਪਰ ਆ ਕੋਠੀ ਹੈ ਜਿਹੜੀ ਇਹਦਾ ਰੇਟ ਵੀ ਘੱਟ ਹੈ ਤੇ ਕੋਠੀ ਵੀ ਉਹ ਜਿਆਦਾ ਹੀ ਤਿਆਰ ਕੀਤੀ ਹੋਈ ਹੈ ਤੇ ਕੋਠੀ ਦਾ ਨਕਸ਼ਾ ਵੀ ਬਹੁਤ ਸੋਹਣਾਗਾ ਤੇ ਗੱਲਬਾਤ ਸਾਰੀ ਹੋ ਗਈ ਤੇ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ ਨੰਬਰ ਹੈ ਜੀ 9968002403 ਦੋ ਨੰਬਰ ਦਿੱਤੇ ਮਾਲਕ ਨੇ ਦੂਜਾ ਵੀ ਨੋਟ ਕਰ ਲਓ 9934565188 ਦੇ ਆਪਣੇ ਕੋਲੇ ਬਰਨਾਲੇ ਏਰੀਆ ਚ ਆਹ ਕੋਠੀ ਪਹੁੰਚੀ ਆ 0. ਨੀਅਰ ਰਵੀ ਦਾਸ ਧਰਮਸ਼ਾਲਾ ਬਰਨਾਲੇ ਏਰੀਆ ਚ ਤੇ ਉਥੋਂ ਕੋਠੀ ਪਹੁੰਚੀ ਆ ਸੇਲ ਕਰਨੀ ਇਹਨਾਂ ਨੇ ਬਹੁਤ ਸੋਹਣੀ ਕੋਠੀ ਆ ਬਾਕੀ ਜੇ ਆਪਾਂ ਫਰੰਟ ਦੀ ਗੱਲ ਕਰੀਏ ਬਾਹਰੋਂ ਤਾਂ ਸਾਰੇ ਕਿਤੇ ਟਾਈਲਾਂ ਫਰੰਟ ਤੇ ਲੱਗੀਆਂ ਹੋਈਆਂ ਤੇ ਇਹਨਾਂ ਨੂੰ ਪੂਰੀ ਚੌੜੀ ਗਲੀ ਲੱਗਦੀ ਹੈ ਜੀ ਕੋਈ ਵੀ ਗੱਡੀ ਆਪਾਂ ਲਿਆ ਸਕਦੇ ਹਾਂ ਸਿੱਧੀ ਆਪਣੇ ਕੋਠੀ ਦੇ ਅੰਦਰ ਲੱਗ ਜਾਵੇਗੀ ਬਾਕੀ ਸਾਰੀ ਵੀਡੀਓ ਤੁਸੀਂ ਦੇਖ ਲਈ ਤੇ ਅੱਗੇ ਫੋਟੋਆਂ ਵੀ ਚੱਲ ਰਹੀਆਂ ਤੁਸੀਂ ਉਹ ਵੀ ਇੱਕ ਵਾਰੀ ਜ਼ਰੂਰ ਦੇਖੋ ਫੋਟੋ ਆਪਾਂ ਸਕਰੀਨ ਤੇ ਜਲਾ ਰਹੇ ਹਾਂ ਸਾਰੀ ਕੋਠੀ ਦੀਆਂ ਕੱਲੇ-ਕੱਲੇ ਕਮਰੇ ਦੀਆਂ ਕਿਚਨ ਦੀਆਂ ਡਰਾਈਂਗ ਰੂਮ ਦੀਆਂ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ ਬਾਕੀ نیچے ਆਪਾਂ ਫਰਸ਼ ਦੀ ਗੱਲ ਕਰੀਏ ਤਾਂ ਆਪਾਂ ਨੂੰ ਸਾਰੀ ਕੋਠੀ ਦੇ ਵਿੱਚ ਸਾਰੇ ਕਿਤੇ ਅੰਦਰੋਂ ਬਾਹਰੋਂ ਸਾਰੇ ਕਿਤੇ ਆਪਾਂ ਨੂੰ نیچے ਮਾਰਬਲ ਪੱਥਰ ਲੱਗਿਆ ਮਿਲੂਗਾ ਜੀ ਰਗੜਾਈ ਵਾਲਾ ਤੇ ਲੱਗਿਆ ਵੀ ਬਹੁਤ ਵਧੀਆ ਕੁਆਲਿਟੀ ਦਾ ਹੋਇਆ ਹੈ ਕਈ ਪੱਥਰ ਇਹੋ ਜਿਹਾ ਆਉਂਦੇ 26 ਤੇ ਪੀਲਾ ਜਿਹਾ ਵੀ ਹੋਣ ਲੱਗ ਜਾਂਦਾ ਤੇ ਦਾਣੇ ਜਿਹੇ ਵੀ ਨਿਕਲ ਲੱਗ ਜਾਂਦੇ ਤੇ ਕਈ ਪੱਥਰ ਉਹਦੇ ਭੁਰਨ ਵੀ ਲੱਗ ਜਾਂਦੇ ਆ ਇਦਾਂ ਦੇ ਕਰਦੇ ਆ ਜਿਹੜੇ ਬਣਾ ਬਣਾ ਕੇ ਸੇਲ ਕਰਦੇ ਹੁੰਦੇ ਆ ਜੀ ਜਿਆਦਾ ਨਹੀਂ ਮੈਂ ਕਹਿੰਦੇ ਕਈ ਕਈਆਂ ਦੀ ਸ਼ਿਕਾਇਤ ਆਈ ਹੈ ਜੀ ਇਸ ਤਰ੍ਹਾਂ ਦੀ ਤਾਂ ਕਰਕੇ ਮੈਂ ਕਹਿੰਨਾਗਾ ਬਾਕੀ ਜਿਹੜੀ ਆ ਕੋਠੀ ਆ ਇਹਨਾਂ ਨੇ ਆਪਨੇ ਬਣਵਾਈ ਸੀਗੀ ਰਿਹਾਈਸੀ ਕੋਠੀ ਆ ਤੇ ਆਪਦੇ ਆਪਦੇ ਵਾਸਤੇ ਇਹਨਾਂ ਨੇ ਬਣਾਈ ਸੀਗੀ ਤੇ ਇਹਨਾਂ ਨੇ ਕਿਸੇ ਕਾਰਨ ਕਰਕੇ ਸੇਲ ਕਰਨੀ ਆ ਬਸ ਰੇਟ ਬਹੁਤ ਘੱਟ ਇਹਨਾਂ ਨੇ ਲਾ ਕੇ ਭੇਜਿਆ ਸਿਰਫ 15 ਲੱਖ ਰੁਪਏ ਡਿਮਾਂਡ ਹੈ ਕੋਠੀ ਤੁਸੀਂ ਆਪ ਦੇਖੋ ਤੇ ਦੇਖ ਵੀ ਰਹੇ ਹੋ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਰੇਟ ਤੁਹਾਨੂੰ ਕਿਵੇਂ ਦਾ ਲੱਗਿਆ ਜੇ ਤੁਹਾਨੂੰ ਵੱਧ ਰੇਟ ਲੱਗਿਆ ਤਾਂ ਵੀ ਕਮੈਂਟ ਕਰਿਓ ਜੇ ਤੁਹਾਨੂੰ ਠੀਕ ਰੇਟ ਲੱਗਿਆ ਤਾਂ ਵੀ ਕਰਿਓ ਤੇ ਘੱਟ ਲੱਗਿਆ ਤਾਂ ਵੀ ਕਰਿਓ ਜੀ ਦੱਸਿਓ ਜਰੂਰ ਤੇ ਵੀਡੀਓ ਚਲੋ ਕੋਈ ਗੱਲ ਨਹੀਂ ਜੀ ਬਾਕੀ ਸਾਰਾ ਕੁਝ ਪਤਾ ਲੱਗ ਗਿਆ ਬਾਕੀ ਜਿਨੇ ਵੀ ਕੋਠੀ ਵੇਚਣੀ ਹੋਵੇ ਆਪਣੇ ਕੋਲੇ ਭੇਜ ਦਿਓ ਤਾਂ ਵੀਡੀਓ ਫੋਨ ਨੂੰ ਟੇਡਾ ਕਰਕੇ ਬਣਾ ਕੇ ਭੇਜਿਆ ਕਰੋ ਜੀ ਕਿਉਂਕਿ ਟੇਡਾ ਕਰਕੇ ਵੀਡੀਓ ਬਣਾਉਂਗੀ ਤਾਂ ਸਾਰੀ ਸਕਰੀਨ ਤੇ ਚੱਲੂਗੀ ਜਦੋਂ ਫੋਨ ਨੂੰ ਆਪਾਂ ਸਿੱਧਾ ਕਰਕੇ ਵੀਡੀਓ ਬਣਾਉਣੀ ਹੈ ਤਾਂ ਜਿਵੇਂ ਕਿ ਆਪਣੀ ਇਸ ਕੋਠੀ ਦੀ ਵੀਡੀਓ ਚੱਲ ਰਹੀ ਸੀਗੀ ਜਮਾ ਵਿਚਾਲੇ ਤੇ ਆਸੇ ਪਾਸੇ ਖਾਲੀ ਜਗ੍ਹਾ ਰਹਿ ਜਾਂਦੀ ਹੈ ਜੀ ਉਦਾਂ ਬਣਾ ਕੇ ਨਾ ਭੇਜ ਕਰੋ ਫੋਨ ਨੂੰ ਟੇਡਾ ਕਰਕੇ ਪੂਰੀ ਵਧੀਆ ਬਿਨਾ ਫੋਨ ਨੂੰ ਹਿਲਾਏ ਬਿਲਕੁਲ ਆਰਾਮ ਨਾਲ ਵੀਡੀਓ ਬਣਾ ਕੇ ਭੇਜਿਆ ਕਰੋ ਜੀ ਤੇ ਆਪਣਾ ਕੋਈ ਕਮਿਸ਼ਨ ਨਹੀਂ ਹੁੰਦਾ ਕੋਈ ਖਰਚਾ ਨਹੀਂ ਹੁੰਦਾ ਜਮਾ ਫਰੀਦ ਵਿੱਚ ਆਪਾਂ ਸਾਰਾ ਕੰਮ ਕਰਦੇ ਆਂ ਤੇ ਤੁਸੀਂ ਵੀ ਭੇਜ ਸਕਦੇ ਹੋ ਕਿਸੇ ਨੇ ਐਡ ਕਰਾਉਣੀ ਹੋਵੇ ਫਰੀਦ ਦੇ ਵਿੱਚ ਐਡ ਆਪਾਂ ਲਗਾ ਦੇਵਾਂਗੇ ਜੀ। ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਤੇ ਤੁਹਾਨੂੰ ਪਤਾ ਹੀ ਹੈ ਜੀ ਤੁਹਾਨੂੰ ਤੁਹਾਡੇ ਕਮੈਂਟਾਂ ਨੂੰ ਦੇਖਦੇ ਹੋਈ ਮੈਂ ਲੈ ਕੇ ਆਉਣਾ ਜੀ ਸਾਰੀਆਂ ਆਹ ਕੂਠੀਆਂ ਤੁਹਾਡੇ ਏਰੀਆ ਚੋਂ ਤੁਹਾਡੇ ਪਿੰਡ ਤੋਂ ਤੁਹਾਡੇ ਸ਼ਹਿਰ ਤੋਂ ਜੀ ਤੇ ਕਾਫੀ ਮੇਰੇ ਕੋਲੇ ਕਮੈਂਟ ਆਈ ਸੀਗੇ ਤੁਸੀਂ ਕਿਤੇ ਸੀਗੇ ਬਰਨਾਲੇ ਏਰੀਆ ਚੋਂ ਤੇ ਬਰਨਾਲੇ ਏਰੀਆ ਚੋਂ ਤੁਹਾਡੇ ਵਾਸਤੇ ਕੋਠੀ ਮੈਂ ਅੱਜ ਆਹ ਲੈ ਕੇ ਆਂਦੀ ਐ ਜੀ। ਬਾਕੀ ਤੁਸੀਂ ਖਰੀਦ ਸਕਦੇ ਹੋ। ਗੱਲਬਾਤ ਕੋਈ ਵੀ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਦਾ ਆਪਾਂ ਸਿੱਧਾ ਨੰਬਰ ਤੁਹਾਨੂੰ ਦੇਤਾ। ਸਿੱਧਾ ਮਾਲਕ ਨਾਲ ਗੱਲ ਕਰ ਲਿਓ ਤੁਸੀਂ ਤੇ ਜੋ ਵੀ ਡਿਮਾਂਡ ਇੱਕ 15 ਲੱਖ ਰੁਪਇਆ ਹੋ ਸਕਦਾ ਮੁੱਖ ਤੇ ਹੋਰ ਵੀ ਘਾਟਾ ਵਾਧਾ ਹੋ ਜੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ। ਬਾਕੀ ਮਾਲਕ ਨੂੰ ਫੋਨ ਕਰਕੇ ਇੱਕ ਵਾਰੀ ਜ਼ਰੂਰ ਸਾਰਾ ਕੁਝ ਕਨਫਰਮ ਕਰ ਲਿਓ। ਜੇ ਤੁਸੀਂ ਆ ਕੋਠੀ ਦੇਖਣੀ ਹੋਵੇ ਤਾਂ ਮਾਲਕ ਨੂੰ ਫੋਨ ਕਰਕੇ ਜਾ ਕੇ ਦੇਖ ਵੀ ਸਕਦੇ ਹੋ ਤੇ ਜਾ ਕੇ ਦੇਖ ਕੇ ਗੱਲਬਾਤ ਕਰਕੇ ਤੇ ਜੇ ਤੁਹਾਨੂੰ ਕੋਠੀ ਪਸੰਦ ਆਵੇ ਸਾਰਾ ਕੁਝ ਦੇਖ ਕੇ ਤੇ ਬਹਿ ਕੇ ਗੱਲਬਾਤ ਕਰ ਲਿਓ ਤੇ ਕੋਠੀ ਨੂੰ ਖਰੀਦ ਸਕਦੇ ਹੋ ਜੀ ਆਪਦੀ ਜ਼ਿੰਮੇਵਾਰੀ ਤੇ ਕਿਉਂਕਿ ਸਾਰਾ ਕੁਝ ਵੈਰੀਫਿਕੇਸ਼ਨ ਕਰਕੇ ਕਾਗਜ਼ ਪੱਤਰਾਂ ਦੀ ਸਾਰੀ ਪੁੱਛਗਿੱਛ ਕਰਕੇ ਫਿਰ ਕੋਠੀ ਨੂੰ ਖਰੀਦਿਆ ਕਰੋ ਜੀ ਬਾਕੀ ਵੀਡੀਓ ਬਹੁਤ ਵਧੀਆ ਆਪਾਂ ਬਣਾਈ ਜਿੰਨੀ ਕੋਸ਼ਿਸ਼ ਕੀਤੀ ਮੈਂ ਪੂਰੀ ਵਧੀਆ ਬਣਾਉਣ ਦੀ ਉਨੀ ਵਧੀਆ ਬਣਾਈ ਤੇ ਤੁਸੀਂ ਹੁਣ ਮੈਨੂੰ ਦੱਸੋ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਸੀ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਕਿਹੜੀ ਕੋਠੀ ਚਾਹੀਦੀ ਹੈ ਕਿੰਨੇ ਕੁ ਰੇਟ ਤੱਕ ਤੇ ਕਿਹੜੇ ਏਰੀਆ ਚੋਂ ਮੈਨੂੰ ਕਮੈਂਟ ਕਰਿਓ ਜਰੂਰ ਉਸ ਏਰੀਆ ਚੋਂ ਉਹੋ ਜੀ ਕੋਠੀ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚ ਜਾਵਾਂਗੇ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਤੇ ਸਾਰੇ ਜਣੇ ਸ਼ੇਅਰ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਕਿਉਂਕਿ ਆਪਾਂ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਪਹੁੰਚਦੇ ਰਹਿਣੀਆਂ ਜੀ ਤੇ ਇੱਕ ਗੱਲ ਹੋਰ ਜੀ ਆਪਣਾ ਇੰਸਟਾਗ੍ਰam ਦਾ ਅਕਾਊਂਟ ਵੀ ਹੈ ਸਾਰੇ ਜਣੇ ਜਿੰਨੇ ਤੁਸੀਂ ਦੇਖ ਰਹੇ ਹੋ ਉਹਨੂੰ ਵੀ ਫੋਲੋ ਜ਼ਰੂਰ ਕਰ ਲਿਓ ਨੀਚੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਲਿੰਕ ਤੇ ਸਿੱਧਾ ਕਲਿੱਕ ਕਰੋਗੇ ਸਿੱਧਾ ਪਹੁੰਚ ਜੂਗੇ ਤੇ ਫੋਲੋ ਜ਼ਰੂਰ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਭੇਜੋ ਜੇ ਤੁਸੀਂ ਕੋਠੀ ਸੇਲ ਕਰਨੀ ਹੈ ਜਾਂ ਤੁਹਾਡੇ ਰਿਸ਼ਤੇਦਾਰਾਂ ਨੇ ਆਪਣੇ ਕੋਲੇ ਭੇਜੋ ਜਲਦੀ ਤੋਂ ਜਲਦੀ ਐਡ ਆਪਾਂ ਫਰੀ ਦੇ ਵਿੱਚ ਲਗਾ ਦਿੰਨੇ ਆ ਜੀ ਜੇ ਤੁਸੀਂ ਕੋਠੀ ਦੀ ਕੋਈ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਦਿਖਣ ਗਈਆਂ ਤੁਸੀਂ ਕਲਿੱਕ ਕਰ ਸਕਦੇ ਹੋ ਆਪਣੇ ਆਪ ਚੱਲ ਜੂਗੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੁੰਦੇ ਹੋ ਤਾਂ ਵਿਚਾਲੇ ਆਪਣੇ ਚੈਨਲ ਦਾ ਲੋਗੋ ਜੀ ਉੱਤੇ ਕਲਿੱਕ ਕਰੂੰਗੀ ਆਪਣੇ ਆਪ ਚੈਨਲ ਸਬਸਕ੍ਰਾਈਬ ਹੋ ਜਾਵੇਗਾ